ਪੰਜਾਬ ਦੇ ਪਕੌੜੇ ਅੰਮ੍ਰਿਤਪਾਲ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਹਨੂਮਾਨਗੜ੍ਹ ਜ਼ਿਲ੍ਹੇ ਰਾਜਸਥਾਨ ਵਿੱਚ ਵੀ ਚੱਲ ਰਹੀਆਂ। ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ, ਰਾਜਸਥਾਨ ਪੁਲਿਸ, ਹਰਿਆਣਾ ਪੁਲਿਸ, ਪੰਜਾਬ ਪੁਲਿਸ, ਦੋਨੋਂ ਤਿੰਨੋਂ ਰਾਜਿਆਂ ਦੀ ਪੁਲਿਸ ਮਿਲ ਕੇ ਹਨੂਮਾਨਗੜ੍ਹ ਦੇ ਸੰਗਰੀਆ ਦੇ ਸੰਤਪੁਰਾ ਪਿੰਡ ਦੇ ਆਲੇ ਦੁਆਲੇ ਰਾਤ ਤੋਂ ਤਲਾਸ਼ੀ ਲੈਣ ਵਾਸਤੇ ਲੱਗੀ ਹੋਈ ਹੈ। ਤੁਹਾਨੂੰ ਇਹ ਦੱਸ ਦਈਏ ਕਿ ਅੰਮ੍ਰਿਤਪਾਲ ਦੇ ਇੱਥੇ ਰਾਜਸਥਾਨ ਦੇ ਕਿਸੇ ਢਾਣੀ ਵਿੱਚ ਛੁਪੇ ਹੋਣ ਦਾ ਅੰਦੇਸ਼ਾ ਵੀ ਜਤਾਇਆ ਜਾਂਦਾ ਹੈ। ਅੰਮ੍ਰਿਤਪਾਲ ਨੂੰ ਲੱਭਣ ਵਾਸਤੇ ਤਿੰਨ ਰਾਜਿਆਂ ਦੀ ਪੁਲਿਸ ਲੱਗਦਾ ਹੈ ਕਿ ਲੱਗੀ ਹੋਈ ਹੈ। ਹਾਲਾਂਕਿ ਪੁਲਿਸ ਨਾਲ ਗੱਲਬਾਤ ਕਰਨ ਦਾ ਮੀਡੀਆ ਨੇ ਵੱਡਾ ਪ੍ਰਯਾਸ ਵੀ ਕਰਿਆ, ਪਰ ਉਹਨਾਂ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇੰਨਾ ਹੀ ਦੱਸਿਆ ਹੈ ਕਿ ਕੋਈ ਨਾ ਕੋਈ ਵੱਡੀ ਕਾਰਵਾਈ ਵਾਸਤੇ ਇੱਥੇ ਰਾਜਸਥਾਨ ਪੁਲਿਸ, ਪੰਜਾਬ ਪੁਲਿਸ, ਹਰਿਆਣਾ ਪੁਲਿਸ ਮਿਲ ਕੇ ਕੋਈ ਆਪਰੇਸ਼ਨ ਚਲਾ ਰਹੇ ਹਨ। ਤੁਹਾਨੂੰ ਇਹ ਦੱਸ ਦਈਏ ਕਿ ਅੰਮ੍ਰਿਤਪਾਲ ਦੇ ਰਾਜਸਥਾਨ ਕੇ ਸੰਗਰੀਆ ਕਸਬੇ ਦੇ ਨੇੜੇ ਤੇੜੇ ਹੋਣ ਦੀਆਂ ਸੂਚਨਾ ਸੂਤਰ ਬਤਾ ਰਹੇ ਹੈ ਕਿ ਪੁਲਿਸ ਨੂੰ ਕਿਤੇ ਨਾ ਕਿਤੇ ਮਿਲੀਆਂ ਹੈ, ਪਰ ਪੁਲਿਸ ਅਜੇ ਕੁਛ ਵੀ ਦੱਸ ਨਹੀਂ ਰਹੀ ਹੈ। ਪੁਲਿਸ ਅਜੇ ਇਹੀ ਕਹਿ ਰਹੇ ਕਿ ਸਾਡੀ ਕਾਰਵਾਈ ਚੱਲ ਰਹੀ ਹੈ। DGP ਜੈਪੁਰ ਤੋਂ ਵੀ ਮੀਡੀਆ ਨੇ ਜਦੋਂ ਸਵਾਲ ਕੀਤਾ ਤਾਂ ਉਹਨਾਂ ਨੇ ਇਹ ਹੀ ਆਖਿਆ ਕਿ ਸਾਡੀ ਕਾਰਵਾਈ ਚੱਲ ਰਹੀ ਹੈ, ਕਾਰਵਾਈ ਜਦੋਂ ਸਾਡੀ ਪੂਰੀ ਹੋ ਜਾਊਗੀ ਫਿਰ ਤੁਹਾਨੂੰ ਇਹਦੀ ਜਾਣਕਾਰੀ ਅਸੀਂ ਦੇਵਾਂਗੇ। ਇੱਥੇ SP ਹਨੂਮਾਨਗੜ੍ਹ ਦਾ ਵੀ ਇਹੀ ਕਹਿਣਾ ਹੈ ਕਿ ਕਾਰਵਾਈ ਚੱਲ ਰਹੀ ਹੈ, ਕੋਈ ਵੱਡੀ ਕਾਰਵਾਈ ਚੱਲ ਰਹੀ ਹੈ ਔਰ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਇਸ ਵਾਸਤੇ ਮੀਡੀਆ ਨੂੰ ਅਜੇ ਅਸੀਂ ਕੁਝ ਵੀ ਨਹੀਂ ਦੱਸਾਂਗੇ। ਇਸ ਵਾਸਤੇ ਅੰਮ੍ਰਿਤਪਾਲ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਸਰਗਰਮੀਆਂ ਰਾਜਸਥਾਨ ਪੁਲਿਸ, ਪੰਜਾਬ ਪੁਲਿਸ, ਹਰਿਆਣਾ ਪੁਲਿਸ ਸੰਗਰੀਆ ਵਿੱਚ ਜੋ ਤਲਾਸ਼ੀ ਅਭਿਆਨ ਰਾਤ ਤੋਂ ਚਲਾਏ ਹੋਏ ਹੈ, ਇਸ ਤਰ੍ਹਾਂ ਦੀ ਗੱਲਾਂ ਉੱਥੇ ਨਿਕਲ ਕੇ ਆ ਰਹੀਆਂ ਕਿ ਕਿਤੇ ਨਾ ਕਿਤੇ ਅੰਮ੍ਰਿਤਪਾਲ ਇੱਥੇ ਹੀ ਛੁਪਿਆ ਹੋ ਸਕਦਾ ਹੈ। ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸੰਤਪੁਰਾ ਦੀ ਢਾਣੀ ਦੇ ਛਿੰਦਾ ਸਿੰਘ ਨਾਮਕ ਵਿਅਕਤੀ ਹੈ, ਉਹਦਾ ਬੇਟਾ ਜਿਹੜਾ ਹਰਦੀਪ ਸਿੰਘ ਹੈ ਉਹਦੀ ਫੋਟੋ ਅੰਮ੍ਰਿਤਪਾਲ ਨਾਲ ਵਾਇਰਲ ਵੀ ਹੋਈ ਸੀ। ਇਸੇ ਤਰ੍ਹਾਂ ਦੀ ਛਾਨਬੀਨ ਇੱਥੇ ਚੱਲ ਰਹੀ ਹੈ। ਸੱਚਾਈ ਕੀ ਹੈ, ਪੁਲਿਸ ਦੀ ਜਦੋਂ ਜਾਂਚ ਪੂਰੀ ਹੋਊਗੀ ਉਸ ਤੋਂ ਬਾਅਦ ਹੀ ਪਤਾ ਚੱਲ ਪਾਊਗਾ ਕਿ ਆਖਰਕਾਰ ਇਹ ਜਿਹੜੀ ਛਾਪੇਮਾਰੀ ਕੱਲ੍ਹ ਤੋਂ ਚੱਲ ਰਹੀ ਹੈ ਇਸ ਕਿਸ ਵਾਸਤੇ ਸੀਗੀ, ਕੀ ਇਹਦਾ ਮਕਸਦ ਸੀਗਾ। ਇਹ ਤਾਂ ਪੁਲਿਸ ਤੋਂ ਜਦੋਂ ਕੋਈ ਮੀਡੀਆ 'ਚ ਬਿਆਨ ਆਊਗਾ ਉਦੋਂ ਹੀ ਪਤਾ ਚੱਲ ਸਕੂਗਾ, ਪਰ ਸੂਤਰ ਇਹੀ ਦੱਸਦੇ ਹਨ ਕਿ ਅੰਮ੍ਰਿਤਪਾਲ ਨੂੰ ਲੱਭਣ ਵਾਸਤੇ ਇਹ ਕਾਰਵਾਈ ਸੰਯੁਕਤ ਤਿੰਨ ਰਾਜਾਂ ਦੀ ਪੁਲਿਸ ਲੱਗੀ ਹੋਈ ਹੈ। ਗੰਗਾਨਗਰ ਵਿੱਚ ਵੀ ਲੱਗੇ ਹੋਏ ਹਨ, ਕਿਉਂਕਿ ਗੰਗਾਨਗਰ ਔਰ ਹਨੂਮਾਨਗੜ੍ਹ ਜ਼ਿਲ੍ਹੇ ਦੀਆਂ ਸੀਮਾ ਪੰਜਾਬ ਹਰਿਆਣਾ ਨਾਲ ਲੱਗਦੀਆਂ, ਚੁਟਾਲੇ ਦੇ ਨਾਲ ਲੱਗਦੀਆਂ ਔਰ ਇੱਧਰੋਂ ਪੰਜਾਬ ਦੇ ਸੰਤਪੁਰਾ ਹੋਇਆ, ਮਾਲਾ ਰਾਮਪੁਰਾ ਹੋਇਆ, ਇਹ ਪਿੰਡ ਜਿਹੜੇ ਹੈ ਇਹ ਪੰਜਾਬ ਦੀ ਸੀਮਾ 'ਤੇ ਹੈ ਅਤੇ ਇਸੇ ਵਾਸਤੇ ਪੁਲਿਸ ਨੂੰ ਇਹ ਸ਼ੱਕ ਹੈ ਕਿ ਅੰਮ੍ਰਿਤਪਾਲ ਇੱਥੇ ਛੁਪਿਆ ਹੋ ਸਕਦਾ ਹੈ। ਕੋਈ ਨਾ ਕੋਈ ਸੁਰਾਗ ਪੁਲਿਸ ਨੂੰ ਜ਼ਰੂਰ ਲੱਗਿਆ ਹੈ। ਇਸੇ ਵਾਸਤੇ ਰਾਤ ਤੋਂ ਉੱਥੇ ਮੋਰਚਾ ਚੱਲਿਆ ਹੋਇਆ ਹੈ ਅਤੇ ਸਾਰੀਆਂ ਸੜਕਾਂ 'ਤੇ ਪੁਲਿਸ ਲੱਗੀ ਹੋਈ ਹੈ। ਸਾਰੀ ਗੱਡੀਆਂ ਅਤੇ ਇੱਥੇ ਜਿਹੜੇ ਵੀ ਵਾਹਨ ਨਿਕਲਦੇ ਹਨ ਉਹਨਾਂ ਨੂੰ ਚੈਕਿੰਗ ਕਰਕੇ ਅੱਗੇ ਜਾਣ ਪੁਲਿਸ ਦੇਣ ਲਈ ਹੈ। ਅੱਗੇ ਕੋਈ ਵੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਖੁਲਾਸਾ ਹੋ ਪਾਊਗਾ। ਹਾਲੇ ਤੱਕ ਪੁਲਿਸ ਇਸ ਬਾਰੇ ਕੁਛ ਵੀ ਨਹੀਂ ਦੱਸ ਰਹੀ ਹੈ। ਕਲਮ ਨਿਊਜ਼ ਦੇ ਨਾਲ ਤੁਸੀਂ ਜੁੜੇ ਰਹੀਓ, ਰਾਜਸਥਾਨ ਤੋਂ ਤੁਹਾਨੂੰ ਨਈ ਅਪਡੇਟ ਫਿਰ ਦੇਵਾਂਗੇ। ਪੁਲਿਸ ਦਾ ਕੋਈ ਬਿਆਨ ਆਉਂਦਾ ਹੈ ਜਾਂ ਸਾਨੂੰ ਇਸ ਬਾਰੇ ਅੰਮ੍ਰਿਤਪਾਲ ਦੇ ਬਾਰੇ ਜਾਂ ਕੋਈ ਹੋਰ ਜਿਹੜਾ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਪੁਲਿਸ ਦੱਸ ਰਹੀ ਹੈ ਉਹਦੇ ਵਿੱਚ ਕੀ ਨਿਕਲਦਾ ਹੈ ਤੁਹਾਡੇ ਨਾਲ ਫਿਰ ਜੁੜ ਕੇ ਅਸੀਂ ਦੱਸਾਂਗੇ। ਕਲਮ ਨਿਊਜ਼ ਦੇ ਚੈਨਲ ਨੂੰ ਤੁਸੀਂ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਅਤੇ ਅੱਗੇ ਸ਼ੇਅਰ ਵੀ ਕਰ ਦਿਓ, ਲਾਈਕ ਵੀ ਕਰ ਦਿਓ। ਗੁਰਦੇਵ ਸਿੰਘ ਸੈਣੀ ਦੀ ਹਨੂਮਾਨਗੜ੍ਹ ਤੋਂ, ਰਾਜਸਥਾਨ ਤੋਂ ਸਤਿ ਸ਼੍ਰੀ ਅਕਾਲ।